हुण आपां शाने कौम दस्तार नां दी इक मुहिम दा आगाज किया है जिहदे विच दस्तार मुकाबले अते दुमाले मुकाबले बच्चों के आपां करवाने आ क्योंकि साडा इक्को मंतव है धन धन श्री गुरु गोबिंद सिंह जी वालों दित्ती अदुती दा दस्तार दस्तार सिख दी आन शान अते बाण है दस्तार क्योंकि अजकल जिहड़ी नौजवान पीढ़ी है अपने विरसे तों भुल के जिहड़ी नशियां वल वधी पई है जिहड़ी नशियां वल वधी पई है वह इन्हां नूं लामबंद कर लिया ही पहुंचे ने तुहाडे कोल अज साडे कोल सच्चे पातशाह की कृपा दे नाल हजे तां 70-80 बच्चों का शुरुआत सी दस्तार मुकाबले अते दुमाले मुकाबले बच्चों के आपां करवाने आ ते करवान जावांगे ते लगातार ही क्योंकि अजकल दी जिहड़ी नौजवान पतित पीढ़ी अपने पतित पुणे बहुत वधी हुई है ਉਹਨਾਂ ਨੂੰ ਲਾਮਬੰਦ ਕਰਨ ਦੇ ਲਈ ਅਸੀਂ ਇਹ ਦਸਤਾਰ ਮੁਕਾਬਲੇ ਦੁਮਾਲੇ ਮੁਕਾਬਲੇ ਧੰਨ ਧੰਨ ਬਾਬਾ ਨੌਹ ਸਿੰਘ ਜੀ ਸ਼ਹੀਦ ਸਿੰਘਾਂ ਦੇ ਚਰਨਾਂ ਦੇ ਵਿੱਚ ਅਸੀਂ ਮੁਹਿੰਮ ਦਾ ਆਗਾਜ਼ ਕੀਤਾ ਹੈ ਤੇ ਲੜੀਵਾਰੀ ਕਰਾਉਂਦੇ ਰਵਾਂਗੇ ਕਿਉਂਕਿ ਸਾਡਾ ਇੱਕੋ ਮੰਤਵ ਹੈ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਦਿੱਤੀ ਅਦੁੱਤੀ ਦਾ ਦਸਤਾਰ ਦਸਤਾਰ ਸਿੱਖ ਦੀ ਆਨ ਸ਼ਾਨ ਅਤੇ ਬਾਣ ਹੈ ਦਸਤਾਰ ਕਿਉਂਕਿ ਅੱਜ ਕੱਲ੍ਹ ਦੀ ਜਿਹੜੀ ਨੌਜਵਾਨ ਪੀੜ੍ਹੀ ਹੈ ਆਪਣੇ ਵਿਰਸੇ ਤੋਂ ਭੁੱਲ ਕੇ ਜਿਹੜੀ ਨਸ਼ਿਆਂ ਵੱਲ ਵਧੀ ਪਈ ਹੈ ਜਿਹੜੀ ਨਸ਼ਿਆਂ ਵੱਲ ਵਧੀ ਪਈ ਹੈ ਉਹ ਇਹਨਾਂ ਨੂੰ ਲਾਮਬੰਦ ਕਰਨ ਲਈ ਅਸੀਂ ਦਸਾਨੇ ਆ ਤੇ ਕਰਵਾਉਂਦੇ ਰਵਾਂਗੇ ਆਓ ਹਮਲਾ ਮਾਰੀਏ ਨਸ਼ੇ ਛੱਡੀਏ ਸਿੱਖੀ ਨਾਲ ਜੁੜੀਏ ਅਮਰ ਛਕੀਏ ਗੁਰੂ ਵਾਲੇ ਬਣੀਏ ਜਿਹਦੇ ਨਾਲ ਸੱਚੇ ਪਾਤਸ਼ਾਹ ਦੀ ਕਿਰਪਾ ਨਾਲ ਆਪਣਾ ਜਨਮ ਸਹੇਲਾ ਹੁੰਦਾ ਹੈ ਸੋ ਇਸੇ ਨਾਲ ਹੀ ਸਾਡਾ ਜਿਹੜੀ ਦਸਤਾਰ ਮੁਕਾਬਲੇ ਦੀ ਮੁਹਿੰਮ ਹੈ ਅਸੀਂ ਧੰਨ ਧੰਨ ਬਾਬਾ ਨੌਹ ਸਿੰਘ ਜੀ ਵਿਖੇ ਸ਼ੁਰੂ ਕੀਤੀ ਹੈ ਸੱਚੇ ਪਾਤਸ਼ਾਹ ਸਾਡੇ ਤੇ ਕਿਰਪਾ ਕਰਨ ਸਾਡੀ ਸਮੂਹ ਟੀਮ ਤੇ ਇਹ ਸੱਚੇ ਪਾਤਸ਼ਾਹ ਸਾਡੇ ਕੋਲ ਸੇਵਾ ਲੈਂਦੇ ਰਹਿਣ ਤੇ ਕੀ ਕਹਿਣਾ ਚਾਹੁੰਦੇ ਹੋ ਕਿੰਨੇ ਕੁ ਬੱਚੇ ਸਵੇਰ ਤੋਂ ਇੱਥੇ ਪਹੁੰਚੇ ਨੇ ਤੁਹਾਡੇ ਕੋਲ ਅੱਜ ਸਾਡੇ ਕੋਲ ਸੱਚੇ ਪਾਤਸ਼ਾਹ ਦੀ ਕਿਰਪਾ ਦੇ ਨਾਲ ਹਜੇ ਤਾਂ 70-80 ਬੱਚਿਆਂ ਦਾ ਸ਼ੁਰੂਆਤ ਸੀ ਅੱਜ ਕਿਉਂਕਿ ਅੱਜ ਧੰਨ ਧੰਨ ਗੁਰੂ ਨਾਨਕ ਸਾਹਿਬ ਜੀ ਦੇ ਗੁਰਪੁਰਬ ਦੇ ਸੰਬੰਧ ਵਿੱਚ ਨਗਰ ਕੀਰਤਨ ਸੀ ਉਹਦੇ ਵਿੱਚ ਬਹੁਤ ਸੰਗਤ ਗਈ ਸੀ ਫਿਰ ਵੀ ਬੱਚਿਆਂ ਨੇ ਬਹੁਤ ਹਮਲਾ ਮਾਰਿਆ ਹੈ ਕਿਰਪਾ ਕੀਤੀ ਗੁਲਾਮਦਾਸ ਜੀ ਨੇ ਇੱਥੇ ਬੱਚਿਆਂ ਨੇ ਬਹੁਤ ਵੱਡੀ ਗਿਣਤੀ ਵਿੱਚ ਭਾਗ ਲਿਆ ਹੈ ਅੱਗੋਂ ਆਸ ਕਰਦੇ ਹਾਂ ਵੀ ਅਗਲਾ ਪ੍ਰੋਗਰਾਮ ਸੁਲਤਾਨਵਿੰਡ ਰੋਡ ਵਿਖੇ ਅਸੀਂ 24 ਦਸੰਬਰ ਨੂੰ ਉਲੀਕ ਲਿਆ ਹੈ ਕਿਉਂਕਿ ਜਦੋਂ ਵੀ ਅਸੀਂ ਦਸਤਾਰ ਮੁਕਾਬਲਾ ਇੱਥੇ ਸੱਚੇ ਪਾਤਸ਼ਾਹ ਦੀ ਕਿਰਪਾ ਨਾਲ ਕਰਾਵਾਂਗੇ ਅਗਲਾ ਪ੍ਰੋਗਰਾਮ ਨਾਲ ਹੀ ਅਸੀਂ ਇੱਥੋਂ ਦੱਸਦਿਆਂ ਕਰਾਂਗੇ ਵੀ ਅਗਲਾ ਦਸਤਾਰ ਮੁਕਾਬਲਾ ਕਿਸ ਜਗ੍ਹਾ ਤੇ ਹੋ ਰਿਹਾ ਹੈ ਤਾਂ ਦਸਤਾਰ ਮੁਕਾਬਲੇ ਦੇ ਵਿੱਚ ਇਨਾਮ ਕੀ ਰੱਖੇ ਗਏ ਨੇ ਤੁਹਾਡੇ ਵੱਲੋਂ ਅਸੀਂ ਜਿਹੜਾ ਜੇਤੂ ਬੱਚੇ ਨੇ ਉਹਨਾਂ ਨੂੰ ਪਹਿਲੇ ਜਾਂ ਦੂਜੇ ਜਾਂ ਤੀਜੇ ਬੱਚਿਆਂ ਨੂੰ ਸਿਰੋਪਾਉ ਦੇ ਨਾਲ ਨਾਲ ਟਰਾਫੀ ਵੀ ਦਵਾਂਗੇ ਦਿੱਤੀ ਵੀ ਏ ਤੇ ਨਾਲ ਦਸਤਾਰਾਂ ਭੇਟ ਵੀ ਕੀਤੀਆਂ ਹਨ ਅੱਗੋਂ ਸੱਚੇ ਪਾਤਸ਼ਾਹ ਹੋਰ ਕਿਰਪਾ ਕਰਨ ਅਸੀਂ ਉਹਦੇ ਵਿੱਚ ਬਹੁਤ ਹੀ ਵੱਡੀ ਪੱਧਰ ਦੇ ਵਿੱਚ ਇਨਾਮ ਰੱਖਾਂਗੇ ਜਿਹਦੇ ਵਿੱਚ ਨਗਦ ਇਨਾਮ ਵੀ ਹੋਏਗਾ ਕਿਉਂਕਿ ਨਗਦਾਂ ਇੱਕ ਬਹੁਤ ਵੱਡੀ ਗੱਲ ਨਹੀਂ ਪਰ ਜਿਹੜੇ ਬੱਚੇ ਆਪਣੀ ਸਿੱਖੀ ਨਾਲ ਜੁੜਨ ਕਿਸੇ ਤਰੀਕੇ ਵੀ ਉਹੀ ਉਹ ਆਪਣੀ ਸਾਰੀ ਸਮੂਹ ਟੀਮ ਨਾਲ ਵਿਚਾਰ ਵਟਾਂਦਰਾ ਕਰਕੇ ਅਸੀਂ ਹੋਰ ਇਨਾਮ ਰੱਖਾਂਗੇ ਲਾਜਵੀ ਸਿੰਘ ਹਾਂਜੀ ਕੀ ਕਹਿਣਾ ਚਾਹੁੰਦੇ ਹੋ ਜਿਹੜੀ ਦਸਤਾਰ ਅੱਜ ਤੁਹਾਡੇ ਵੱਲੋਂ ਸਜਾਈ ਗਈ ਹੈ ਆਪਾਂ ਕਹਿਣਾ ਚਾਹੁੰਦੇ ਹਾਂ ਕਿ ਜਿਹੜੇ ਨਸ਼ੇ ਨੁਸ਼ੇ ਕਰਦੇ ਆ ਹਨਾ ਉਹਨਾਂ ਨੂੰ ਨਹੀਂ ਕਰਨਾ ਚਾਹੀਦਾ ਅੰਮ੍ਰਿਤ ਛੱਕ ਕੇ ਗੁਰੂ ਵਾਲੇ ਬਣੋ ਪਾਠ ਸਿੱਖੋ ਦਸਤਾਰਾ ਬੰਨਿਆ ਕਰੋ ਇਹੀ ਸਾਡਾ ਗੁਰੂ ਦਾ ਤੇ ਕੀ ਕਹਿਣਾ ਚਾਹੁੰਦੇ ਤੁਸੀਂ ਵੀ ਇੱਥੇ ਪਹੁੰਚੇ ਹੋ ਸਰ ਮੈਂ ਸਾਰਿਆਂ ਨੂੰ ਕਹਿਣਾ ਚਾਹੁੰਦਾ ਹਾਂ ਨਸ਼ੇ ਛੱਡੋ ਗੁਰੂ ਅੰਮ੍ਰਿਤ ਛਕੋ ਗੁਰੂ ਵਾਲੇ ਬਣੋ ਦਸਤਾਰਾ ਸਜਾਓ ਵੱਡੇ ਵੱਡੇ ਦਸਤਾਰਾ ਸਜਾਓ ਸਾਰਿਆਂ ਨੂੰ ਪਤਾ ਚੱਲੇ ਸਿੱਖ ਕੌਮ ਕਿੰਨੀ ਵਧੀ ਹੈ ਸਾਰਿਆਂ ਨੂੰ ਪ੍ਰਾਈਜ਼ ਵੀ ਮਿਲਦੇ ਸਾਰੇ ਆਓ ਇੱਥੇ ਅੰਮ੍ਰਿਤ ਛਕੋ ਗੁਰਮਤਿ ਸਮਾਗਮ ਹੁੰਦੇ ਨੇ ਦਸਤਾਰ ਮੁਕਾਬਲੇ ਹੁੰਦੇ ਨੇ ਗੁਰਬਾਣੀ ਕੰਠ ਮੁਕਾਬਲੇ ਹੁੰਦੇ ਨੇ ਸਾਨੂੰ ਇਹਨਾਂ ਵਿੱਚ ਵੱਧ ਚੜ੍ਹ ਕੇ ਹਿੱਸਾ ਲੈਣਾ ਚਾਹੀਦਾ ਹੈ ਜਿਸ ਨਾਲ ਕਿ ਬੱਚਿਆਂ ਦਾ ਮਾਣ ਵੀ ਵੱਧਦਾ ਹੈ ਅਤੇ ਉਹਨਾਂ ਦਾ ਪੱਗਾਂ ਬੰਨਣ ਵਿੱਚ ਦੁਮਾਲੇ ਬੰਨਣ ਵਿੱਚ ਹੱਥ ਸਿੱਧਾ ਹੁੰਦਾ ਹੈ ਸਾਨੂੰ ਕਦੀ ਵੀ ਨਸ਼ਾ ਨਹੀਂ ਕਰਨਾ ਚਾਹੀਦਾ ਜੇ ਅੱਜ ਕੱਲ੍ਹ ਦੇ ਨੌਜਵਾਨ ਸਿੱਖ ਧਰਮ ਦੇ ਹੋਣ ਚਾਹੇ ਜਿਹੜੇ ਮਰਜ਼ੀ ਧਰਮ ਦੇ ਹੋਣ ਉਹ ਨਸ਼ੇ ਕਰਦੇ ਹਨ ਪਤਿਤਪੁਣਾ ਕਰਦੇ ਹਨ ਸਾਨੂੰ ਇਹ ਸਭ ਨਹੀਂ ਕਰਨਾ ਚਾਹੀਦਾ ਅਤੇ ਅੰਮ੍ਰਿਤ ਛਕ ਕੇ ਗੁਰੂ ਵਾਲੇ ਬਣਨਾ ਚਾਹੀਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਵੇਖ ਸਕਦੇ ਹੋ ਕਿ ਇਸ ਬੱਚੇ ਨੂੰ ਨਾਮ ਵੀ ਦਿੱਤਾ ਗਿਆ ਪਹਿਲਾ ਇਨਾਮ ਜਿਹੜਾ ਵਾ ਲਿਖਿਆ ਗਿਆ ਤਾਂ ਕੀ ਕਹਿਣਾ ਚਾਹੁੰਦੇ ਪਹਿਲਾ ਇਨਾਮ ਤੁਹਾਨੂੰ ਦਿੱਤਾ ਗਿਆ ਦਸਤਾਰ ਮੁਕਾਬਲੇ ਦੇ ਵਿੱਚ ਇਹ ਸਭ ਤੇ ਗੁਰੂ ਸਾਹਿਬ ਦੀ ਕਿਰਪਾ ਹੈ ਜੇ ਅਸੀਂ ਕਰਾਂਗੇ ਫੇਰ ਹੀ ਹੁੰਦਾ ਇਸ ਤਰ੍ਹਾਂ ਕੁਝ ਵੀ ਨਹੀਂ ਬਣ ਸਕਦਾ ਜੇ ਅਸੀਂ ਕੁਝ ਨਹੀਂ ਕਰਾਂਗੇ ਜੇ ਅਸੀਂ ਪ੍ਰੈਕਟਿਸ ਕਰਦੇ ਹਾਂ ਦਮਾਲਾ ਬੰਨੇ ਫੇਰ ਹੀ ਸਭ ਕੁਝ ਹੁੰਦਾ ਹੈ